ਬੇਸ਼ੱਕ ਅੱਜ ਲੋਕ ਚੰਦ ਤੇ ਪਹੁੰਚ ਗਏ ਨੇ ਪਰ ਪਿੰਡਾਂ ਵਿੱਚ ਅੱਜ ਵੀ ਲੋਕ ਪੁਰਾਣੀਆਂ ਪਰੰਪਰਾਵਾਂ ਨੂੰ ਨਹੀਂ ਭੁੱਲੇ ਤੇ ਕਿਤੇ ਨਾ ਕਿਤੇ ਉਹ ਪੁਰਾਣੀਆਂ ਪਰੰਪਰਾਵਾਂ ਦਾ ਪਾਲਣ ਵੀ ਕਰਦੇ ਨੇ ਤੇ ਆਪਣੇ ਜੀਵਨ ਵਿੱਚ ਉਸ ਨੂੰ ਜੋੜ ਕੇ ਵੀ ਰੱਖਦੇ ਨੇ। ਇੰਨਾ ਹੀ ਪੁਰਾਣੀਆਂ ਪਰੰਪਰਾਵਾਂ ਵਿੱਚੋਂ ਇੱਕ ਪਰੰਪਰਾ ਹੈ ਜਿਸ ਨੂੰ ਕਿਸੇ ਵੇਲੇ ਅੱਤ ਦੀ ਗਰਮੀ ਵਿੱਚ ਮੀਂਹ ਪਵਾਉਣ ਦੇ ਲਈ ਵਰਤਿਆ ਜਾਂਦਾ ਸੀ। ਇਹ ਪਰੰਪਰਾ ਹੈ ਗੁੱਡੀ ਸਾੜਨ ਦੀ ਪਰੰਪਰਾ, ਜਿਸ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਨਕਲੀ ਗੁੱਡੀ ਨੂੰ ਬਣਾ ਕੇ ਸਾੜ ਦਿੱਤਾ ਜਾਵੇ ਤਾਂ ਇੰਦਰ ਦੇਵਤਾ ਮੀਂਹ ਪਾ ਦਿੰਦੇ ਨੇ। ਇਸ ਪੁਰਾਣੀ ਪਰੰਪਰਾ ਦੇ ਚੱਲਦਿਆਂ ਹੀ ਫਗਵਾੜਾ ਦੇ ਪਿੰਡ ਪਲਾਹੀ ਦੇ ਲੋਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਦੇ ਚੱਲਦਿਆਂ ਅੱਜ ਗੁੱਡੀ ਸਾੜੀ ਗਈ ਤੇ ਮੀਂਹ ਪੈਣ ਦੀ ਅਰਦਾਸ ਕੀਤੀ ਗਈ। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਮੈਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਬਸ ਅਸੀਂ ਮੀਂਹ ਮੰਗਦੇ ਹਾਂ, ਜਾਂਦੀ ਜਾਂਦੀ ਹੈ ਨਾ ਗੁੱਡੀ ਮੀਂਹ ਪ੍ਰਸਾਦ, ਦਲੀਆ ਵੀ ਦੇਣਾ ਖਵਾਜੇ ਦਾ ਦੇਣਾ। ਫਗਵਾੜਾ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।